ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਭਵਪ੍ਰੀਤ ਡੈਲਵਿੰਗ ਵੀਜ਼ਾਜ਼ ਐਂਡ ਇਮੀਗ੍ਰੇਸ਼ਨ ਤੋਂ ਅੱਜ ਦੀ ਮੇਰੀ ਇਨਫੋਰਮੇਟਿਵ ਵੀਡੀਓ ਉਹਨਾਂ ਸਟੂਡੈਂਟਸ ਵਾਸਤੇ ਹੈ ਉਹਨਾਂ ਕਲਾਇੰਟਸ ਵਾਸਤੇ ਹੈ ਜੋ ਆਪਣੀ ਸਟੱਡੀ ਵੀਜ਼ਾ ਰੀਸੈਂਟ ਇਨਟੇਕਸ ਦੇ ਵਿੱਚ ਅਪਲਾਈ ਕੀਤਾ ਸੀ ਚਾਹੇ ਉਹ ਕੋਈ ਵੀ ਕੰਟਰੀ ਹੈ ਬਟ ਕਿਸੇ ਨਾ ਕਿਸੇ ਰੀਜ਼ਨ ਕਰਕੇ ਉਹਨਾਂ ਦਾ ਰਿਫਿਊਜ਼ਲ ਆ ਗਿਆ ਹੈ ਤਾਂ ਉਹਨਾਂ ਸਟੂਡੈਂਟਸ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਹੈ ਜੇ ਤੁਹਾਡਾ ਕਿਸੇ ਨਾ ਕਿਸੇ ਰੀਜ਼ਨ ਕਰਕੇ ਰਿਫਿਊਜ਼ਲ ਆ ਵੀ ਗਿਆ ਹੈ ਤਾਂ ਤੁਸੀਂ ਆਪਣੀ ਫਾਈਲ ਪ੍ਰੋਪਰਲੀ ਰੈਡੀ ਕਰਕੇ ਜੋ ਰੀਜ਼ਨ ਸੀਗੇ ਉਹਨਾਂ ਨੂੰ ਮੈਂਸ਼ਨ ਕਰਕੇ ਦੁਬਾਰਾ ਅਪਲਾਈ ਕਰ ਸਕਦੇ ਹੋ ਐਂਡ ਵੀਜ਼ਾ ਲੈ ਸਕਦੇ ਹੋ ਸਿਰਫ ਮਾਈਂਡ ਦੇ ਵਿੱਚ ਕੁਝ ਚੀਜ਼ਾਂ ਰੱਖਣ ਦੀ ਜ਼ਰੂਰਤ ਹੁੰਦੀ ਹੈ ਫੋਰ ਐਗਜ਼ਾਮਪਲ ਕਿ ਜੋ ਆਪਣਾ ਰਿਫਿਊਜ਼ਲ ਆਇਆ ਸੀਗਾ ਉਹ ਕਿਸ ਰੀਜ਼ਨ ਕਰਕੇ ਆਇਆ ਸੀ ਜਿਵੇਂ ਕਿ ਮੇਰੀ ਰੀਸੈਂਟ ਵੀਡੀਓ ਦੇ ਵਿੱਚ ਮੈਂ ਕਾਫੀ ਜ਼ਿਆਦਾ ਇਨਫੋਰਮੇਸ਼ਨ ਸ਼ੇਅਰ ਕੀਤੀ ਹੈ ਕਿ ਰਿਫਿਊਜ਼ਲ ਦੇ ਰੀਜ਼ਨਸ ਕੀ ਰਹਿੰਦੇ ਨੇ ਜਾਂ ਕਿਹੜੇ ਕਿਹੜੇ ਫੈਕਟਰਸ ਕਰਕੇ ਜੋ ਕੈਂਡੀਡੇਟ ਹੈ ਜਾਂ ਸਟੂਡੈਂਟ ਹੈ ਉਹਦਾ ਰਿਫਿਊਜ਼ਲ ਆਉਂਦਾ ਹੈ ਜੇ ਤੁਸੀਂ ਉਹ ਰੀਜ਼ਨਸ ਜੋ ਹੈ ਉਹ ਮਾਇੰਡ ਦੇ ਵਿੱਚ ਰੱਖਦੇ ਹੋ ਐਂਡ ਉਹਨਾਂ ਦੇ ਅਕੋਰਡਿੰਗ ਤੁਸੀਂ ਆਪਣੀ ਫਾਈਲ ਪ੍ਰਿਪੇਅਰ ਕਰਕੇ ਫਾਈਲ ਲਾਂਚ ਕਰਦੇ ਹੋ ਤੁਹਾਡਾ ਵੀਜ਼ਾ ਸਕਸੈਸ ਰੇਟ ਆਟੋਮੈਟਿਕਲੀ ਇਨਕਰੀਜ਼ ਹੋ ਜਾਂਦਾ ਹੈ ਕਾਫੀ ਜ਼ਿਆਦਾ ਸਟੂਡੈਂਟਸ ਦੇ ਮੇਰੇ ਕੋਲ ਕੁਐਰੀਜ਼ ਆਉਂਦੀਆਂ ਨੇ ਕਿ ਸਾਡਾ ਆਹ ਕੰਟਰੀ ਵਾਸਤੇ ਰੀਸੈਂਟ ਇਨਟੇਕ ਵਾਸਤੇ ਵੀਜ਼ਾ ਰਿਜੈਕਟ ਹੋਇਆ ਹੈ ਹੁਣ ਮੈਨੂੰ 6 ਮਹੀਨੇ ਵੇਟ ਕਰਨ ਦੀ ਜ਼ਰੂਰਤ ਹੈ ਕਿ ਮੈਂ 6 ਮਹੀਨੇ ਬਾਅਦ ਆਪਣੀ ਫਾਈਲ ਅਪਲਾਈ ਕਰਾਂਗਾ ਤਾਂ ਇੱਦਾਂ ਕੁਛ ਵੀ ਨਹੀਂ ਹੁੰਦਾ ਫੋਰ ਐਗਜ਼ਾਮਪਲ ਜੇ ਤੁਸੀਂ ਆਪਣੀ ਫਾਈਲ ਰੀਸੈਂਟਲੀ ਜੈਨ ਇਨਟੇਕ ਵਾਸਤੇ ਅਪਲਾਈ ਕੀਤੀ ਸੀ ਕੈਨੇਡਾ ਦੇ ਵਿੱਚ ਬਟ ਕਿਸੇ ਨਾ ਕਿਸੇ ਰੀਜ਼ਨ ਕਰਕੇ ਤੁਹਾਡਾ ਜੋ ਵੀਜ਼ਾ ਹੈ ਉਹ ਰਿਜੈਕਟ ਹੋ ਗਿਆ ਹੈ ਤੁਸੀਂ ਆਪਣਾ ਨੈਕਸਟ ਇਨਟੇਕ ਵਾਸਤੇ ਫਾਈਲ ਲਗਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ 6 ਮਹੀਨੇ ਵੇਟ ਕਰਨ ਦੀ ਜ਼ਰੂਰਤ ਨਹੀਂ ਹੈ ਜੋ ਰੀਜ਼ਨ ਆਇਆ ਹੈ ਰਿਜੈਕਸ਼ਨ ਦਾ ਉਹ ਰੀਜ਼ਨ ਨੂੰ ਆਪਾਂ ਵੈਰੀਫਾਈ ਕਰਕੇ ਉਹ ਰੀਜ਼ਨ ਨੂੰ ਆਪਾਂ ਮਿਸਮੈਚ ਜੋ ਵੀ ਰੀਜ਼ਨ ਸੀਗਾ ਉਹਨੂੰ ਕਲੀਅਰ ਕਰਕੇ SOP ਦੇ ਵਿੱਚ ਮੈਂਸ਼ਨ ਕਰਕੇ ਤੁਸੀਂ ਆਪਣਾ ਜੋ ਵੀਜ਼ਾ ਹੈ ਉਹ ਮੇਨ ਟੇਕ ਐਂਡ ਸਪਟੈਂਬਰ ਇਨ ਟੇਕ ਵਾਸਤੇ ਸੀਟਸ ਅਵੇਲੇਬਿਲਿਟੀ ਦੇ ਉੱਪਰ ਦੁਬਾਰਾ ਅਪਲਾਈ ਕਰ ਸਕਦੇ ਹੋ ਇੱਕ ਮੈਂ ਮੈਂਸ਼ਨ ਕਰਨਾ ਚਾਹਾਂਗੀ ਸਟੂਡੈਂਟਸ ਕਈ ਵਾਰ ਜੋ ਆਪਣੀ ਫਾਈਲ ਹੈ ਉਹ ਬਿਲਕੁਲ ਐਂਡ ਡੇਟ 'ਤੇ ਲਗਾਉਂਦੇ ਨੇ ਕਿ ਜਨਵਰੀ ਇਨਟੇਕ ਆਪਣਾ ਬਿਲਕੁਲ ਖਤਮ ਹੋ ਗਿਆ ਐਂਡ ਹੁਣ ਤੁਸੀਂ ਆਪਣੀ ਫਾਈਲ ਲਾਂਚ ਕਰਦੇ ਪਏ ਹੋ ਤਾਂ ਇਸ ਚੀਜ਼ ਨੂੰ ਲੈ ਕੇ ਜੋ ਵੀਜ਼ਾ ਆਫੀਸਰ ਹੈ ਜਾਂ ਜੋ ਅੰਬੈਸਡਰ ਹੈ ਉਹ ਕਾਫੀ ਸੀਰੀਅਸ ਨੋਟ 'ਤੇ ਦੇਖਦਾ ਹੈ ਕਿ ਸਟੂਡੈਂਟ ਕਿੰਨਾ ਸਿੰਸੀਅਰ ਹੈ ਆਪਣੀ ਪ੍ਰੋਫਾਈਲ ਨੂੰ ਲੈ ਕੇ ਕਿ ਬਿਲਕੁਲ ਐਂਡ ਡੇਟ 'ਤੇ ਆਪਣਾ ਜੋ ਵੀਜ਼ਾ ਐਪਲੀਕੇਸ਼ਨ ਹੈ ਉਹ ਲਾਂਚ ਕਰਦਾ ਪਿਆ ਵਾ ਇਸ ਤੋਂ ਬਾਅਦ ਜੇ ਤੁਸੀਂ ਕਈ ਵਾਰ ਕੀ ਹੁੰਦਾ ਕਿ ਸਟੂਡੈਂਟ ਦੀ ਖਿੱਚ ਹੁੰਦੀ ਹੈ ਕਿ ਜੇ ਮੈਂ ਕੈਨੇਡਾ ਹੀ ਜਾਣਾ ਵਾ ਜਾਂ ਮੈਂ ਆਸਟ੍ਰੇਲੀਆ ਹੀ ਜਾਣਾ ਵਾ ਜਾਂ ਮੈਂ ਕੋਈ ਵੀ ਇੰਗਲਿਸ਼ ਕੰਟਰੀ ਜਾਣਾ ਵਾ ਤਾਂ ਪਰ ਉਹਦੀ ਜੋ ਪ੍ਰੋਫਾਈਲ ਹੁੰਦੀ ਹੈ ਜਾਂ ਉਹ ਉਸ ਕੰਟਰੀ ਦੇ ਅਕੋਰਡਿੰਗ ਪਰਫੈਕਟ ਨਹੀਂ ਬੈਠ ਪਾਉਂਦੀ ਤਾਂ ਤੁਸੀਂ ਇੱਦਾਂ ਕਰ ਸਕਦੇ ਹੋ ਕਿ ਆਪਣੀ ਪ੍ਰੋਫਾਈਲ ਦੇ ਅਕੋਰਡਿੰਗ ਬਹੁਤ ਸਾਰੇ ਪਾਥਵੇ ਆਪਸ਼ਨਸ ਹੁੰਦੇ ਨੇ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਸਕਦੇ ਹੋ ਤਾਂ ਬਹੁਤ ਸਾਰੇ ਜੋ ਪਾਥਵੇ ਆਪਸ਼ਨਸ ਹੁੰਦੇ ਨੇ ਉਹ ਅਵੇਲੇਬਲ ਨੇ ਜਿਨ੍ਹਾਂ ਦੇ ਥਰੂ ਤੁਸੀਂ ਆਪਣੀ ਡ੍ਰੀਮ ਡੈਸਟੀਨੇਸ਼ਨ ਕੰਟਰੀ ਦੇ ਵਿੱਚ ਜਾ ਸਕਦੇ ਹੋ ਐਂਡ ਉਹਦਾ ਜੋ ਵੀਜ਼ਾ ਹੈ ਉਹ ਲੈ ਸਕਦੇ ਹੋ ਲਾਸਟ ਦੇ ਵਿੱਚ ਮੈਂ ਇਹ ਕਹਿਣਾ ਚਾਹਾਂਗੀ ਕਿ ਜੇ ਤੁਹਾਡਾ ਵੀਜ਼ਾ ਰਿਜੈਕਟ ਹੋ ਗਿਆ ਹੈ ਤਾਂ ਤੁਸੀਂ ਆਪਣੀ ਫਾਈਲ ਦੁਬਾਰਾ ਪ੍ਰੋਪਰ ਡਾਕੂਮੈਂਟੇਸ਼ਨ ਦੇ ਨਾਲ ਪ੍ਰੋਪਰ ਅਸੈਸਮੈਂਟ ਦੇ ਨਾਲ ਅਪਲਾਈ ਕਰ ਸਕਦੇ ਹੋ ਸਿਰਫ ਮਾਈਂਡ ਦੇ ਵਿੱਚ ਚੀਜ਼ਾਂ ਰੱਖਣੀ ਹੈ ਕਿ ਕੋਰਸ ਜੋ ਹੈ ਆਪਣਾ ਕੋਰਸ ਮਿਸਮੈਚ ਨਹੀਂ ਹੋਣਾ ਚਾਹੀਦਾ ਕੋਰਸ ਆਪਣਾ ਪ੍ਰੋਪਰ ਹੋਵੇ ਇੱਕ ਹੋਰ ਐਗਜ਼ਾਮਪਲ ਹੈ ਕਿ ਜਿਵੇਂ ਕਈ ਵਾਰ ਸਟੂਡੈਂਟਸ ਕੀ ਕਰਦੇ ਨੇ ਨੋਨ ਮੈਡੀਕਲ ਕੀਤੀ ਹੈ ਨੋਨ ਮੈਡੀਕਲ ਤੋਂ ਬਾਅਦ ਇੰਜੀਨੀਅਰਿੰਗ ਦਾ ਪ੍ਰੋਗਰਾਮ ਲੈ ਲਿਆ ਪਰ ਪ੍ਰੋਬਲਮ ਕਿੱਥੇ ਹੈ ਕਿ ਜਿਵੇਂ ਨੋਨ ਮੈਡੀਕਲ ਦੇ ਵਿੱਚ 3 ਕੋਰਸਿਸ ਹੁੰਦੇ ਨੇ ਫਿਜ਼ਿਕਸ ਹੋ ਗਿਆ ਮੈਥਸ ਹੋ ਗਿਆ ਐਂਡ ਕੈਮਿਸਟਰੀ ਹੋ ਗਿਆ ਬਟ ਫਿਜ਼ਿਕਸ ਦੇ ਵਿੱਚ ਜੋ ਸਟੂਡੈਂਟ ਹੈ ਉਹਦੇ ਮਾਰਕਸ ਹੀ 33% ਨੇ ਬਟ ਓਵਰਆਲ 60% ਹੈਗੀ ਆ ਤਾਂ ਇਹਦੇ ਵਿੱਚ ਕੀ ਹੁੰਦਾ ਹੈ ਕਿ 33 marks ਹੋਣ ਫਿਜ਼ਿਕਸ ਦੇ ਵਿੱਚ 33 marks ਨੇ ਜਿਹਦੇ ਕਰਕੇ ਤੁਸੀਂ ਨੋਨ ਮੈਡੀਕਲ ਦਾ ਕੋਰਸ ਤਾਂ ਚੂਜ਼ ਕਰ ਸਕਦੇ ਹੋ ਪਰ ਫਿਜ਼ਿਕਸ ਦੇ ਰਿਲੇਟਡ ਕੋਰਸ ਨਾ ਚੂਜ਼ ਕਰਕੇ ਕੈਮਿਸਟਰੀ ਜਾਂ ਮੈਥਸ ਦੇ ਰਿਲੇਟਡ ਕੋਰਸ ਚੂਜ਼ ਕਰਕੇ ਤੁਸੀਂ ਆਪਣੇ ਜੋ ਵੀਜ਼ਾ ਐਪਲੀਕੇਸ਼ਨ ਹੈ ਉਹ ਅਪਲਾਈ ਕਰ ਸਕਦੇ ਹੋ ਵੀਜ਼ਾ ਲੈ ਸਕਦੇ ਹੈਗੇ ਹੋ ਐਂਡ ਆਪਣੀ ਜੋ SOP ਹੈ SOP ਦੇ ਵਿੱਚ ਜੋ ਆਪਣੀ ਪ੍ਰਾਇਰ ਰਿਫਿਊਜ਼ਲ ਆਈ ਸੀ ਉਹ ਰਿਫਿਊਜ਼ਲ ਮੈਂਸ਼ਨ ਕਰਕੇ ਕਿ ਆਹ ਰੀਜ਼ਨ ਸੀਗਾ ਐਂਡ ਆਹ ਵਾਲੀ ਫਾਈਲ ਦੇ ਵਿੱਚ ਮੈਂ ਆਹ ਸਾਰੇ ਰੀਜ਼ਨਸ ਜੋ ਹੈ ਉਹ ਕਲੀਅਰ ਕਰਕੇ ਆਪਣੀ ਫਾਈਲ ਦੁਬਾਰਾ ਅਪਲਾਈ ਕਰਦਾ ਪਿਆ ਵਾਂ ਤਾਂ ਉਹ ਰੀਜ਼ਨ ਜੋ ਤੁਹਾਡੇ ਮੈਂਸ਼ਨ ਹੋ ਜਾਣਗੇ ਕਲੀਅਰ ਹੋ ਜਾਣਗੇ ਡਾਊਟ ਸਾਰੇ ਅੰਬੈਸਡਰ ਨੂੰ ਤੁਸੀਂ ਆਪਣੀ ਤਰਫ ਤੋਂ ਕਲੀਅਰ ਕਰ ਦੋਗੇ ਐਂਡ ਫਾਈਲ ਆਪਣੀ ਟਾਈਮ ਰਹਿੰਦੇ ਲਗਾਓਗੇ ਤਾਂ ਤੁਹਾਡਾ ਜੋ ਵੀਜ਼ਾ ਸਕਸੈਸ ਰੇਟ ਹੈ ਉਹ ਕਾਫੀ ਜ਼ਿਆਦਾ ਹਾਈ ਆਟੋਮੈਟਿਕਲੀ ਹੋ ਜਾਏਗਾ ਤਾਂ ਕੋਈ ਵੀ ਇਨਫੋਰਮੇਸ਼ਨ ਹੈ ਕੋਈ ਵੀ ਅਸੈਸਮੈਂਟ ਹੈ ਕੋਈ ਵੀ ਇਸ ਚੀਜ਼ ਦੇ ਉੱਪਰ ਡਿਟੇਲ ਇਨਫੋਰਮੇਸ਼ਨ ਦੇ ਉੱਪਰ ਤੁਸੀਂ ਸਾਡੇ ਨੀਚੇ ਦਿੱਤੇ ਹੋਏ ਹੋਟਲਾਈਨ ਨੰਬਰ 'ਤੇ ਕੰਟੈਕਟ ਕਰ ਸਕਦੇ ਹੋ ਜਾਂ ਫਿਰ ਸਾਡੀ ਨੀਅਰੈਸਟ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ ਥੈਂਕ ਯੂ